ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੁਆਬਾ ਕਿਸਾਨ ਯੂਨੀਅਨ ਪੰਜਾਬ ਜੋ ਸੰਯੁਕਤ ਕਿਸਾਨ ਮੋਰਚੇ ਦੀ ਔਰ ਸੇ ਜੋ ਦਿੱਲੀ ਮੇ 7 ਮਹੀਨੇ ਸੇ ਧਰਨਾ ਲਗਾ ਹੁਆ ਹੈ। ਹਮਾਰੇ ਤਾਊ ਬੈਠੇ ਹੈ ਹਰਿਆਣਾ ਕੇ, ਜੋ ਹਰਿਆਣਾ ਪੰਜਾਬ ਕਾ ਭਾਈਚਾਰਾ ਇਸ ਅੰਦੋਲਨ ਨੇ ਇਤਨਾ ਮਜ਼ਬੂਤ ਕਰ ਦਿਆ ਹੈ। ਜੋ ਇਹ ਮੋਦੀ ਸਰਕਾਰ ਔਰ ਖੱਟਰ ਸਰਕਾਰ ਬਾਰ ਬਾਰ ਉਸਕੋ ਤੋੜਨੇ ਕੀ ਕੋਸ਼ਿਸ਼ ਕਰਦੀ ਹੈ, ਲੇਕਿਨ ਪੰਜਾਬ ਕੇ ਭਾਈ ਹਰਿਆਣੇ ਕੇ ਭਾਈ ਬਿਲਕੁਲ ਏਕ ਹੈ, ਮਜ਼ਬੂਤੀ ਕੀ ਤਰ੍ਹਾਂ ਜੇ ਅੰਦੋਲਨ ਲੜ ਰਹੇ ਹੈ। 7 ਮਹੀਨੇ ਸੇ ਜੇ ਕਿਰਤੀ ਲੋਕ ਪੰਜਾਬ ਕੇ ਹਰਿਆਣੇ ਕੇ ਜਹਾਂ ਦਿੱਲੀ ਸਿੰਘੂ ਬਾਰਡਰ ਪੇ ਟਿੱਕਰੀ ਬਾਰਡਰ ਤੇ ਔਰ ਅੰਨੇ 5-6 ਬਾਰਡਰਾਂ ਪੇ ਬੈਠੇ ਹੈ, ਜੋ ਬੀਜੇਪੀ ਕਾ ਆਈਟੀ ਸੈੱਲ ਜੇ ਬੋਲ ਰਹਾ ਹੈ ਕਿ ਬਾਰਡਰੋਂ ਪੇ ਸੰਖਿਆ ਕਮ ਹੋ ਗਈ, ਉਸਕੋ ਹਮ ਪਠਾ ਦੇਂਗੇ। ਮੈਂ ਉਨਕੋ ਜੇ ਬੋਲਣਾ ਚਾਹਤਾ ਹੂੰ ਵੀ ਐਸੀ ਗਲਤੀ ਵੋ ਮਤ ਕਰ ਦੇ। ਜੇ ਦੇਸ਼ ਕਾ ਕਿਸਾਨ ਹੈ, ਦੇਸ਼ ਕਾ ਕਿਸਾਨ ਜੋ 3 ਕ੍ਰਿਸ਼ੀ ਕਾਨੂੰਨ ਜੋ ਹਮਾਰੇ ਵਿਰੋਧੀ ਹੈ ਉਨਕੇ ਖਿਲਾਫ ਜਹਾਂ ਬੈਠਾ ਹੁਆ, ਉਨਕੋ ਵਾਪਸ ਕਰਾ ਕੇ ਹੀ ਵਾਪਸ ਜਾਏਂਗੇ ਔਰ MSP ਪੇ ਕਾਨੂੰਨ ਔਰ ਗਰੰਟੀ ਬਣਵਾ ਕੇ ਹੀ ਵਾਪਸ ਜਾਏਂਗੇ। ਆਪਣੀਆਂ ਮੰਗਾਂ ਜੋ ਸਾਡੀਆਂ 3 ਹੈਗੀਆਂ ਆ ਉਹਨੂੰ ਮਨਵਾ ਕੇ ਹੀ ਵਾਪਸ ਜਾਵਾਂਗੇ। ਜੋ ਹਰਿਆਣੇ ਕੇ ਭਾਈਚਾਰਾ, ਪੰਜਾਬ ਕਾ ਭਾਈਚਾਰਾ, ਜੋ ਕਿਰਤੀ ਲੋਕ ਅਬ ਜੀਰੀ ਕੀ ਦਾਨ ਕੀ ਫਸਲ ਲੱਗ ਰਹੀ ਹੈ ਪੰਜਾਬ ਮੇ ਹਰਿਆਣੇ ਮੇ ਬੜੇ ਪੱਧਰ ਤੇ, ਉਨਕੇ ਲੀਏ ਕੁਛ ਲੋਕ ਹਮਾਰੇ ਭਾਈ ਪੰਜਾਬ ਵੀ ਵਾਪਸ ਜਾਤੇ ਹੈ, ਹਰਿਆਣਾ ਵੀ ਵਾਪਸ ਜਾਤੇ ਹੈ, ਲੇਕਿਨ ਉਨਕੀ ਜਗ੍ਹਾ ਜੋ ਹਮਾਰੇ ਗਾਓ ਕਾ ਜੋ ਪਿੰਡਾਂ ਦਾ ਸ਼ਡਿਊਲ ਬਣੇ ਹੋਆ ਵੀ 5 ਬੰਦੇ, 7 ਬੰਦੇ, 10 ਬੰਦੇ ਇੱਥੇ ਰਹਿੰਦੇ ਆ ਕੈਂਪਾਂ 'ਚ, ਆਹ ਕੈਂਪ ਬਣੇ ਹੋਆ, ਸਾਡੇ ਵੀਰ ਖੜੇ ਆ, ਨੌਜਵਾਨ ਖੜੇ ਆ, ਤੇ ਉਹਨਾਂ ਸਰਕਾਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਅਸੀਂ ਦਿੱਲੀ ਮੋਰਚਿਆਂ 'ਚ ਪੂਰੇ ਡਟੇ ਹੋਏ ਹਾਂ, ਡਟੇ ਰਹਾਂਗੇ, ਜਿੱਤ ਕੇ ਜਾਣਾ ਔਰ ਜਿੱਤਾਂਗੇ। ਇਹ ਅਟਲ ਆ, ਉਸ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਦਿਨ ਜ਼ਰੂਰ ਜਿੱਤ ਕੇ ਜਾਣਾ। ਤੇ ਇੰਨੀਆਂ ਬੇਨਤੀਆਂ ਤੇ ਇੱਕ ਬੇਨਤੀ ਮੈਂ ਹਰਿਆਣੇ ਦੇ ਵਾਸੀਆਂ ਨੂੰ, ਪੰਜਾਬ ਦੇ ਵਾਸੀਆਂ ਨੂੰ ਤੇ ਯੂਪੀ ਦੇ ਵਾਸੀਆਂ ਨੂੰ ਜੋ ਦਿੱਲੀ ਦੇ ਨੇੜੇ ਦੇ ਸਟੇਟਾਂ ਆ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਨੀ ਚਾਹੁੰਦਾ। ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਛੇਤੀ ਤੋਂ ਛੇਤੀ ਝੋਨਾ ਲਾ ਕੇ ਫਿਰ ਪਹਿਲਾਂ ਦੀ ਤਰ੍ਹਾਂ ਇਹਨਾਂ ਮੋਰਚਿਆਂ ਵਿੱਚ ਸੰਖਿਆ ਵਧਾਈ ਜਾਵੇ, ਤਾਂ ਜੋ ਸਰਕਾਰ ਦੇ ਆਈਟੀ ਸੈੱਲ, ਬੀਜੇਪੀ ਦੇ ਆਈਟੀ ਸੈੱਲ ਜੋ ਦਿਨ ਰਾਤ ਸਾਡੇ ਇਹਨਾਂ ਮੋਰਚਿਆਂ ਨੂੰ ਭੰਡਦੇ ਆ, ਉਹਨਾਂ ਨੂੰ ਅਸੀਂ ਮੂੰਹ ਤੋੜ ਜਵਾਬ ਦੇ ਕੇ ਇਹ ਮੋਰਚਾ ਜਿੱਤ ਸਕੀਏ। ਸੋ ਇੰਨੀਆਂ ਹੀ ਬੇਨਤੀਆਂ ਆ, ਵੱਧ ਚੜ ਕੇ ਦਿੱਲੀ ਪਹੁੰਚੋ ਤੇ ਇਸ ਕਰਕੇ ਸੰਖਿਆ ਵਧਾਉਣ ਦੀ ਲੋੜ ਆ, ਜ਼ਰੂਰ ਦਿੱਲੀ ਪਹੁੰਚੋ, ਛੇਤੀ ਤੋਂ ਛੇਤੀ ਝੋਨੇ ਦਾ ਕੰਮ ਨਿਬੇੜ ਕੇ। ਜੋ ਹਰਿਆਣੇ ਦੇ ਵਾਸੀ ਆ ਲਗਾਤਾਰ ਆ ਰਹੇ ਆ, ਲਗਾਤਾਰ ਸਹਿਯੋਗ ਮਿਲ ਰਿਹਾ, ਬੀਬੀਆਂ ਬੱਚੇ ਬਹੁਤ ਆ ਰਹੇ ਆ। ਸੋ ਮੈਂ ਵੀਰਾਂ ਨੂੰ ਬੇਨਤੀ ਕਰਦਾ ਹਰਿਆਣੇ ਨੂੰ, ਪੰਜਾਬ ਨੂੰ ਤੇ ਵੱਧ ਚੜ ਕੇ ਦਿੱਲੀ ਪਹੁੰਚੋ, ਤਾਂ ਜੋ ਅਸੀਂ 3 ਖੇਤੀ ਕਾਨੂੰਨ ਜੋ MSP ਦੀ ਲੜਾਈ ਲੜ ਰਹੇ ਹਾਂ ਇਹਨੂੰ ਮੋਦੀ ਸਰਕਾਰ ਤੇ ਦਬਾਅ ਬਣਾ ਕੇ ਉਸਦਾ ਹੱਲ ਕਰਾ ਸਕੀਏ। ਸੋ ਇੰਨੀਆਂ ਬੇਨਤੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ, ਹਰਿਆਣਾ ਪੰਜਾਬ ਯੂਪੀ ਭਾਈਚਾਰਾ, ਹਰਿਆਣਾ ਪੰਜਾਬ ਭਾਈਚਾਰਾ। ਧੰਨਵਾਦ।